ਹਾਂਜੀ ਵੈਲਕਮ ਜੀ ਆਪ ਸਭ ਦਾ ਪੰਜਾਬੀ ਮਿਠੀ ਚੈਨਲ ਤੇ ਸਭ ਵੀਰਾਂ ਭੈਣਾਂ ਦਾ ਬਜ਼ੁਰਗਾਂ ਦਾ ਬਹੁਤ ਬਹੁਤ ਸਵਾਗਤ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਆਪਾਂ ਲੈ ਕੇ ਨਹੀਂ ਤੁਹਾਡੇ ਵਾਸਤੇ ਖਬਰਾਂ ਇਸ ਚੈਨਲ ਤੇ ਲੈ ਕੇ ਹਾਜ਼ਰਾਂ ਨਵੀਆਂ ਖਬਰਾਂ ਗੱਲ ਕਰਾਂਗੇ 5 ਮਾਰਚ ਦੀ ਸਟਾਰਟ ਕਰਦੇ ਹਾਂ ਵੀਡੀਓ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਕਰ ਲਿਆ ਕਰੋ ਤੇ ਨਾਲ ਬੈਲ ਆਈਕਨ ਜਿਹੜਾ ਹੈ ਜੀ ਉਹ ਵੀ ਜੂੜ ਦਬਲਿਆ ਕਰੋ ਤਾਂ ਕਿ ਜਦੋਂ ਵੀ ਸਾਡੀ ਵੀਡੀਓ ਅਸੀਂ ਅਪਲੋਡ ਕਰੀਏ ਤਾਂ ਨੋਟੀਫਿਕੇਸ਼ਨ ਜਿਹੜੀ ਵੀਡੀਓ ਦੀ ਆ ਉਹ ਮਿਲ ਜਾ ਕਰੇ ਕਈ ਦੇਖਦੀਆਂ ਜੀ ਪਹਿਲਾ ਕੇਸ ਇਸ ਤੋਂ ਬਾਅਦ ਚੱਲਦੇ ਆਪਾਂ ਅੱਜ ਦੀਆਂ ਹੋਰ ਖਾਸ ਖਬਰਾਂ ਵੱਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੀ ਦੇਖਿਓ ਤਾਂ ਕਿ ਸਾਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਇੱਕ ਹੀ ਵੀਡੀਓ ਵਿੱਚ ਮਿਲ ਜਾ ਕਰੇ ਗੱਲ ਕਰੀਏ ਤੰਪੂਨੀ ਦੀ ਜੀ ਅੱਜ 378 ਹਜ਼ਾਰ ਅਰੇਸਟਡ ਆ ਕੀਤਾ ਗਿਆ ਹੈ 24036 ਜਿਹੜਾ ਕੇਸ ਹੈ ਅੱਜ ਨਵਾਂ ਆਇਟਲੀ ਦੇ ਵਿੱਚ ਕੱਲ੍ਹ ਦੇ ਨਾਲੋਂ ਕੇਸ ਜਿਹੜਾ ਹੈ ਜ਼ਿਆਦਾ ਆਇਆ ਹੈ 297 ਬੰਦੇ ਦੀ ਜਾਨ ਗਈ ਹੈ ਹੁਣ ਤੱਕ ਇਟਲੀ ਵਿੱਚ ਜੀ 99271 ਬੰਦਾ ਆਪਣੀ ਜਾਨ ਗਵਾ ਚੁੱਕਾ ਹੈ ਤੇ 13682 ਅੱਜ ਬੰਦਾ ਠੀਕ ਵੀ ਹੋਇਆ ਇਹਦੇ ਨਾਲ ਜਿਹੜੇ ਆਪਣੇ ਐਕਟਿਵ ਕੇਸ ਹੈ ਜੀ ਉਹ ਜਿਹੜੇ ਹੈ 456400 70 ਤੇ ਜਿਹੜੇ ਹੈ ਪਹੁੰਚ ਚੁੱਕੇ ਹੈ ਦੁਬਾਰਾ ਜਿਹੜੀ ਐਕਟੀਵੇਸ਼ਨ ਜਿਹੜੀ ਗਿਣਤੀ ਹੈ ਇਹ ਲਗਾਤਾਰ ਜਿਹੜੀ ਹੈ ਵਧ ਗਈ ਹੈ ਇਸ ਤੋਂ ਬਾਅਦ ਅੱਜ ਇੱਕ ਗੁੱਡ ਨਿਊਜ਼ ਵੀ ਹੈ ਤਕਰੀਬਨ ਜੀ ਜਿਹੜੇ ਵੈਕਸੀਨ ਦੀ ਗੱਲ ਕਰੀਏ ਤੇ 5 ਮਿਲੀਅਨ ਲੋਕਾਂ ਦੇ ਵੈਕਸੀਨ ਜਿਹੜੇ ਇਟਲੀ ਵਿੱਚ ਲੱਗ ਚੁੱਕੇ ਹੈ ਯਾਨੀ ਕਿ 50 ਲੱਖ ਲੋਕਾਂ ਦੇ ਵੈਕਸੀਨ ਜਿਹੜੀ ਇਟਲੀ ਵਿੱਚ ਜਿਹੜੀ ਇਟਲੀ ਅੱਜ ਤੱਕ ਜਿਹੜੀ ਕੰਪਲੀਟ ਜਿਹੜੀ ਹੈ ਹੋ ਚੁੱਕੀ ਹੈ ਜਦ ਤੱਕ ਕੰਮ ਦਾ ਸਟਾਰਟ ਹੋਇਆ ਹੈ ਤੇ 15 ਲੱਖ ਬੰਦੇ ਦੂਜਾ ਵੈਕਸੀਨ ਜਿਹੜੀ ਸੈਕੰਡ ਡੋਜ਼ ਉਹ ਵੀ ਜਿਹੜੀ ਲੱਗ ਲੁੰਬਾਰਡੀ ਦੇ ਵਿੱਚ 5200 ਕੇਸ ਆਇਆ ਬੀਨੋ ਦੇ ਵਿੱਚ 1500 ਕੰਪਾਨੀਆ ਦੇ 2800 ਐਮੀਲੀਆ ਰੋਮਾਨੀ ਦੇ ਵਿੱਚ 3200 ਪੀਮੋਂਟੇ ਦੇ ਵਿੱਚ 2200 ਲਾਸੀਓ ਦੇ ਵਿੱਚ 1500 ਟਸਕਾਨਾ ਦੇ ਵਿੱਚ 1200 ਸਿਸੀਲੀਆ ਦੇ ਵਿੱਚ 519 ਪੂਲੀਆ ਦੇ ਵਿੱਚ 1400 ਲਿਗੂਰੀਆ ਦੇ ਵਿੱਚ 338 ਜੂਲੀਆ ਦੇ ਵਿੱਚ 823 ਮਾਰਕੇ ਦੇ ਵਿੱਚ 1200 ਦੇ ਵਿੱਚ 473 ਬੋਸੋਲੋਨੋ ਦੇ ਵਿੱਚ 230 ਉੰਬਰੀਆ ਦੇ 295 ਸਰਦੇਨੀਆ ਦੇ ਵਿੱਚ 79 ਕੇਸ ਕਲਬਰੀਆ ਦੇ ਵਿੱਚ 260 ਤ੍ਰਿੰਟੋ ਦੇ ਵਿੱਚ 406 ਬਾਜ਼ਲੀਗਾ ਦੇ ਵਿੱਚ 164 ਮੁੜੀ ਦੇ 137 ਦੀ ਬਲੇਦੋਸ ਤੋਂ 15 ਜਿਹੜੇ ਕੇਸ ਹੈ ਜੀ ਨਵੇਂ ਆਏ ਆ ਇਸ ਤੋਂ ਬਾਅਦ ਚੱਲਦੇ ਹਾਂ ਜੀ ਆਪਾਂ ਅਗਲੀਆਂ ਖਬਰਾਂ ਵੱਲ ਤੁਹਾਨੂੰ ਦੱਸ ਦਈਏ ਜੀ ਨਵੇਂ ਜਿਹੜੇ ਕਲਰ ਆ ਰਹੇ ਨੇ ਜੁਨੀ ਦੀ ਜਿਹੜੀਆਂ ਸਟੇਟਾਂ ਦੇ ਕਲਰ ਆ ਜਿਹੜੇ ਆ ਉਹ ਜਿਹੜੇ ਆ ਚੇਂਜ ਕੀਤੇ ਗਏ ਆ ਤੁਹਾਨੂੰ ਬਹੁਤ ਦੱਸ ਦਿੰਨੇ ਆ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜਿਹੜਾ ਆਰਟੀ ਲੈਵਲ ਹੈ ਆਪਣਾ ਉਹ 1.6 ਜਿਹੜੇ ਉੱਤੇ ਚਲੇ ਗਿਆ ਹੈ ਤੇ ਤਕਰੀਬਨ 7 ਹਫ਼ਤੇ ਜਿਹੜਾ ਸੀਗਾ ਆਰਟੀ ਲੈਵਲ ਜਿਹੜਾ ਇੱਕ ਤੋਂ ਥੱਲੇ ਰਿਹਾ ਹੈ ਤੇ ਅੱਜ ਜਿਹੜਾ ਹੈ ਦੁਬਾਰਾ ਉੱਤੇ ਜਿਹੜਾ ਹੈ ਚਲੀ ਗਿਆ ਹੈ ਤੇ ਲੁੰਬਾਰ ਦੇ ਜਿਹੜੇ ਆ ਜੀ ਰਣਚੋਨੀ ਸਕੂ ਇਸ ਤੋਂ ਬਾਅਦ ਲਿਗੂਰੀਆ ਤੇ ਜਿਹੜਾ ਲਾਤਸਿਓਆ ਹੈ ਜਿਹੜੇ ਜੂਨਿ ਚਾਲੇ ਦੇ ਵਿੱਚ ਤੇ ਕੰਪਾਨੀਆਂ ਜਿਹੜੀ ਸਟੇਟ ਹੈ ਜੀ ਜ਼ੂਨ ਰੂਸਾ ਦੇ ਵਿੱਚ ਜਿਹੜੀ ਹੈ ਇੰਟਰ ਜਿਹੜੀ ਹੈ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਤੁਹਾਨੂੰ ਦੱਸ ਦੇ ਜਿੱਦਾਂ ਕਿ ਤੁਹਾਨੂੰ ਪਤਾ ਵੀ ਲੁੰਬਾਰਦੀ ਜਿਹੜਾ ਹੈ ਜੀ ਜ਼ੂਨ ਰਨਚੂਨੀਓ ਸਕੂਰ ਵੀੜਾ ਕੀਤਾ ਗਿਆ ਹੈ ਪਰ ਇਹਦੇ ਵਿੱਚ ਤੁਹਾਨੂੰ ਦੱਸ ਦਿੰਦੇ ਆਪਾਂ ਵੀ ਜਿਹੜਾ ਲਜ਼ੂਨਾ ਰੂਸਾ ਦੇ ਵਿੱਚ ਬਹੁਤ ਜਿਆਦਾ ਨੇ ਕਰੀਬ ਹੈ ਲੁੰਬਾਰ ਦੀ ਸਟੇਟ ਹੈ ਕਾਫੀ ਕਰੀਬ ਹੈ ਜ਼ੂਨ ਰੂਸਾ ਦੇ ਵਿੱਚ ਤੇ ਆਰਟੀ ਲੈ ਜਿਹੜਾ ਲੁੰਬਾਰਦੀ ਦਾ 1.13 ਤੇ ਜਿਹੜਾ ਪਹੁੰਚ ਚੁੱਕਾ ਆ ਤੇ ਇਸ ਵਕਤ ਇਸ ਵੇਲੇ ਸਭ ਤੋਂ ਹਾਈਲਰਟ ਤੇ ਜਿਹ 1.7 ਦਾ ਮਤਲਬ ਵੀ ਇਸ ਵਕਤ ਇਹ ਹਾਈ ਰਿਸਕਸ ਦੇ ਵਿੱਚ ਜਿਹੜਾ ਫਾਸ਼ਾ ਜਿਹੜਾ ਹੈ ਰਿਸਕ ਯੂ ਹਾਲਤਾ ਉਹਦੇ ਵਿੱਚ ਹੈ ਤੇ ਰੋਬਰਟੋ ਸਪੀਰਾਂਸ ਜਿਹੜੇ ਆ ਕਲਾਸਿਫਿਕੇਸ਼ਨ ਦੇ ਵਿੱਚ ਜੇ ਹੁਣ ਦੁਬਾਰਾ ਗੱਲ ਕਰੀਏ ਤੇ ਆਉਣ ਵਾਲੇ ਸੋਮਵਾਰ ਤੱਕ ਹੋ ਸਕਦਾ ਵੀ ਜਿਹੜੇ ਲੁੰਬਾਰਦੀਆ ਨੂੰ ਜੁਨਾ ਅਰੂਸਾ ਵੀ ਜਿਹੜਾ ਹੈ ਡਿਕਲੈਰ ਜਿਹੜਾ ਕਰ ਦਿੱਤਾ ਜਾਵੇ ਜਿਹਦੇ ਬਾਰੇ ਹਲੇ ਪਤਾ ਨਹੀਂ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਪਰ ਪਤਾ ਲੱਗ ਜਾਣਾ ਹੈ ਪਰ ਫਿਲਹਾਲ ਹਲੇ ਜੁਨਰਨਚੋਨੇ ਸਕੂਲੋ ਦੇ ਵਿੱਚ ਪੂਰਾ ਸਟੇਟ ਲੁੰਬਾਰਦੀਆ ਇਸ ਤੋਂ ਬਾਅਦ ਮੈਨੂੰ ਕਈ ਵੀ ਆਪਣੇ ਵੀਰ ਪੁੱਛਦੇ ਹੁੰਦੇ ਆ ਭਾਜੀ ਤੁਸੀਂ ਕੱਲੀ ਲੁੰਬਾਰਦੀਆ ਜੀ ਜਾਂ ਜਣੀਆਂ ਉਹ ਸੂਬੇ ਰੋ ਇਦਾਂ ਵੀ ਜਿਹੜੇ ਬਾਕੀ ਸਟੇਟਾਂ ਆ ਉਹਦੇ ਜਿਹੜੇ ਕੇਸ ਆ ਇੰਨੇ ਜ਼ਿਆਦਾ ਨਹੀਂ ਹੈਗੇ ਜਿੰਨੇ ਸਟੇਟ ਲੁੰਬਾਰਦੀਆ ਸਭ ਤੋਂ ਵੱਧ ਜਿਹੜੇ ਕੇਸ ਇਟਲੀ ਵਿੱਚ ਲੁੰਬਾਰਦੀਆ ਦੇ ਵਿੱਚ ਹੀ ਆਉਂਦੇ ਆ ਫਿਰ ਵੀ ਨਤ ਫਿਰ ਅਮੀਲੀ ਔਰ ਮਾਨੀਆ ਫਿਰ ਇਸ ਤੋਂ ਲਾਹ ਹੋਣੇ ਹੋਰ ਸਟੇਟਸ ਆ ਕਿਉਂਕਿ ਲੁੰਬਾਰਦੀਆ ਜਿਹੜਾ ਜੀ ਇਹ ਚ ਬੰਦਾ ਪੋਪੂਲੇਸ਼ਨ ਵੀ ਸਭ ਤੋਂ ਵੱਧ ਹੈ ਤੇ ਇਹਦੇ ਵਿੱਚ ਸਭ ਤੋਂ ਵੱਧ ਆਵਾਜਾਈ ਜਿਹੜੀ ਲੋਕਾਂ ਦੀ ਇੰਟਰਨੈਸ਼ਨਲ ਦੀ ਗੱਲ ਕਰੀਏ ਜੇ ਆਪਾਂ ਲੁੰਬਾਰਦੀਆ ਸਟੇਟ ਦੇ ਵਿੱਚ ਹੀ ਹੁੰਦੀ ਆ ਇਸ ਕਰਕੇ ਜਿਹੜੇ ਕੇਸ ਦੇ ਵੀ ਸਭ ਤੋਂ ਵੱਧ ਦਸਤ ਰਿਆ ਸਭ ਤੋਂ ਵੱਧ ਬੰਦਿਆਂ ਦੀ ਜਾਨ ਵੀ ਇਸ ਸਟੇਟ ਦੇ ਵਿੱਚ ਜਿਹੜੀ ਗਈ ਤੇ ਤਾਂ ਦੱਸ ਦਈਏ ਜੀ ਬਾਕੀ ਜਿਹੜਾ ਫਰੂਲੀ ਵੈਨੇਸ਼ੀਆ ਜੂਲੀਆ ਜਿਹੜਾ ਆ ਸੋਮਵਾਰ ਤੋਂ ਇਹਨੂੰ ਜ਼ੋਨਾ ਰਾਂਜਣੋਂ ਦੇ ਵਿੱਚ ਜਿਹੜਾ ਆ ਪਾਸ ਜਿਹੜਾ ਇਹ ਕਰ ਦਿੱਤਾ ਜਾਵੇਗਾ ਤੇ ਬਾਕੀ ਇਹਪਰ ਜਦਾ ਲੰਬੀ ਗੱਲ ਨਹੀਂ ਕਰਨੀ ਹੈ ਕਿ ਇਸ ਦੇ ਉੱਤੇ ਤੇ ਬਾਕੀ ਚੱਲਦੇ ਆਂ ਪਗਲੀਆਂ ਖਬਰਾਂ ਵੱਲ ਜਦੋਂ ਇਹ ਪਾਸ ਹੋਊਗਾ ਤੁਹਾਨੂੰ ਆਪਾਂ ਉਦੋਂ ਜਿਹੜੀ ਖਬਰਾਂ ਦੱਸਾਂਗੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਜੀ ਕੱਲ ਨੂੰ 6 ਤਰੀਕ 6 ਮਾਰਚ ਕੱਲ ਤੋਂ ਨਵਾਂ ਟੀਪੀਸੀਐਮ ਜਿਹੜਾ ਆ ਉਹ ਜਿਹੜਾ ਆ ਆ ਜਾਣਾ ਹੈ ਤੇ ਕੱਲੋਂ ਤੁਹਾਨੂੰ ਆਪਾਂ ਸਵੇਰ ਨੂੰ ਵੀਡੀਓ ਪਾ ਕੇ ਦੱਸਾਂਗੇ ਨਵੇਂ ਟੀਪੀਸੀਐਮ ਦੇ ਬਾਰੇ ਇਹਦੇ ਵਿੱਚ ਕੀ ਕੀ ਜਿਹੜੀਆਂ ਨਵੀਆਂ ਚੀਜ਼ ਬੋਰਿਸ ਜੌਨਸਨ ਦਾ ਬਿਆਨ ਆਇਆ ਜਿਹੜਾ ਤੁਹਾਨੂੰ ਆਪਾਂ ਦੱਸੀ ਸੀ ਖਬਰ ਇੱਕ ਵੀ ਜਿਹੜੇ ਆਪਣੇ ਮਾਰੀਓ ਦਰਾਗੀ ਇਟਲੀ ਦੇ ਜਿਹੜੇ ਪ੍ਰਧਾਨ ਮੰਤਰੀ ਐ ਉਹਨੇ ਬਲੌਕ 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 ਲਗਾਤਾ ਆ ਜਿਹੜਾ ਸਾਮਾਨ ਜਿਹੜਾ ਇਟਲੀ ਬਾਹਰ ਭੇਜਦਾ ਆ ਵੈਕਸੀਨ ਇਟਲੀ ਨੇ ਵੈਕਸੀਨ ਭਜੀ ਸੀਗੀ ਆਸਟ੍ਰੇਲੀਆ ਨੂੰ ਇਟਲੀ ਨੇ ਕਿਹਾ ਵੀ ਉਸੇ ਵੈਕਸੀਨ ਜਿਹੜੀ ਹੈ ਨਹੀਂ ਸੈਂਡ ਕਰਨੀ ਹੈਗੀ ਉਹਨੇ ਬਲੌਕ ਲਗਾਤਾ ਆ ਤੇ ਮਾਰੀ ਆਪਣੇ ਬੋਰਿਸ ਜੌਨਸਨ ਦਾ ਜੀ ਅੱਜ ਬਿਆਨ ਆਇਆ ਉਹ ਜਿਹੜੇ ਆ ਕਹਿ ਰਹੇ ਆ ਵੀ ਇਹ ਸਾਨੂੰ ਜਿਹੜਾ ਬਲੌਕ ਨਹੀਂ ਲਗਾਉਣਾ ਚਾਹੀਦਾ ਉਹ ਇਹਦੇ ਖਿਲਾਫ ਆ ਜੋ ਫੈਂਸਲ ਲਈ ਇਟਲੀ ਨੇ ਤੇ ਉਹ ਕਹਿ ਰਿਹਾ ਵੀ ਬਲੌਕ ਨਹੀਂ ਲਗਾਉਣਾ ਚ ਇਸ ਦੀ ਆਪਾਂ ਬਲੌਕ ਲਗਾਉਣੀ ਹੈ ਤੇ ਜਿਹੜੀ ਇਹ ਲੜਾਈ ਚੱਲਦੀ ਪਈ ਹੈ ਵਾਇਰਸ ਦੇ ਨਾਲ ਇਹ ਜਿਹੜੀ ਹੈ ਰਿਸਕ ਦੇ ਵਿੱਚ ਆ ਸਕਦੀ ਹੈ ਹੋਰ ਜ਼ਿਆਦਾ ਸਾਨੂੰ ਜਿਹੜੀ ਵੈਕਸੀਨ ਦੇਣੀ ਚਾਹੀਦੀ ਹੈ ਇਸ ਤੋਂ ਬਾਅਦ ਗੱਲ ਕਰੀਏ ਜਗਲੀ ਅਪਡੇਟ ਦੀ ਜਿਹੜੇ ਆਪਣੇ ਵੀਰ ਤੁਹਾਨੂੰ ਪੁੱਛ ਰਹੇ ਸੀ ਕਿ ਭਾਜੀ ਫਲਾਈਟਸ ਬਾਰੇ ਤੁਹਾਨੂੰ ਇਨਫੋਰਮੇਸ਼ਨ ਦਵੋ ਫਲਾਈਟਸ ਵੀ ਜਿਹੜੀਆਂ ਫਲਾਈਟਸ ਹੈ ਜੀ ਫਲਾਈਟਸ ਤਕਰੀਬਨ ਚੱਲਦੀਆਂ ਪਈਆਂ ਸੋ ਐਸ ਐਸ ਕੋਈ ਫਲਾਈਟਸ ਦੇ ਵਿੱਚ ਕੋਈ ਜਿਹੜੀ ਰੋਕ ਜਿਹੜੀ ਨਹੀਂ ਲਗਾਈ ਹੈਗੀ ਸਰਕਾਰ ਨੇ ਕਿਉਂਕਿ ਵੀਰੋ ਫਲਾਈਟਸ ਦੇ ਵਿੱਚ ਰੁਕ ਉਦੋਂ ਲੱਗਣੀ ਹੈ ਜਦੋਂ ਜੇ ਇਹ ਲੌਕਡਾਊਨ ਲੱਗਦਾ ਹੈ ਪੂਰੇ ਇਟਲੀ ਦੇ ਵਿੱਚ ਫਿਰ ਫਲਾਈਟਸ ਜਿਹੜੀਆਂ ਬੰਦ ਕਰਨੀਆਂ ਨੇ ਜਿਹੋ ਜ਼ੁਨੇ ਜ਼ੁਨੇ ਵਾਈਜ਼ ਜਿਹੇ ਕੰਮ ਚੱਲਦਾ ਰਿਹਾ ਤੇ ਫਿਰ ਜਿਹੜੀਆਂ ਫਲਾਈਟਸ ਆ ਉਹ ਤਾਂ ਨਹੀਂ ਬੰਦ ਹੋਣਗੀਆਂ ਜਿਹੜੇ ਆਪਣੇ ਵੀਰ ਇੰਡੀਆ ਗਏ ਹੋਏ ਆ ਤੇ ਉਹ ਉਹ ਆਪਣੇ ਪੁੱਛ ਰਹੇ ਸੀ ਕਿ ਵੀ ਅਸੀਂ ਵਾਪਸ ਆ ਸਕਦੇ ਹਾਂ ਸੋ ਫਿਲਹਾਲ ਉਹ ਸਿਰਫ ਵਾਪਸ ਆ ਸਕਦੇ ਆ ਜਾਂ ਕੋਈ ਇਥੇ ਸਾਰੀਆਂ ਫਲਾਈਟਸ ਤਕਰੀਬਨ ਚੱਲਦੀਆਂ ਪਈਆਂ ਹੋ ਸਕਦਾ ਹੈ ਕਿ ਸੇ ਕੁਝ ਇੰਟਰਨਲ ਫਲਾਈਟਸ ਜਿਹੜੀਆਂ ਬੰਦ ਕੀਤੀਆਂ ਹੋਣ ਪਰ ਜਿਸ ਤੱਕ ਮੈਨੂੰ ਖਬਰ ਮਿਲੀ ਹੈ ਇੰਡੀਆ ਨੂੰ ਫਲਾਈਟ ਤੇ ਬਾਕੀ ਉਹਨਾਂ ਇੱਕ ਕਿਸੇ ਵੀਰ ਨੇ ਕਮੈਂਟ ਕੀਤਾ ਸੀਗਾ ਤੇ ਮੈਨੂੰ ਆਪਣਾ ਵੀਨ ਦੱਸਿਆ ਸੀਗਾ ਪਾਜੀ ਵੀ ਜਰਮਨ ਦੇ ਵਿੱਚ ਤੁਸੀਂ ਜਿਹੜਾ ਆ ਬੱਸ ਦੇ ਵਿੱਚ ਜਿਹੜੀ ਫਲੈਕਸੀ ਬੱਸ ਹੁੰਦੀ ਹੈ ਉਹਨਾਂ ਵਿੱਚ ਨਹੀਂ ਜਾ ਸਕਦੇ ਹੈਗੇ ਜਰਮਨ ਨੂੰ ਜੇ ਸੀਡਲੀ ਤੋਂ ਜਰਮਨ ਜਾਣਾ ਹੈ ਜਿਹੜਾ ਬੰਦਾ ਜਰਮਨ ਦਾ ਰੈਜ਼ਿਡੈਂਸ ਹੈ ਉਹੀ ਬੰਦਾ ਏਂਟਰ ਹੁੰਦਾ ਹੈ ਜਾਂ ਉਹੀ ਬੰਦਾ ਏਂਟਰ ਹੋਣ ਦੇ ਰਿਹਾ ਹੈ ਜਰਮਨ ਦੇ ਵਿੱਚ ਉਸ ਤੋਂ ਇਲਾਵਾ ਬੱਸਾਂ ਦੀ ਵੇਜ ਜਿਹੜੀ ਜਰਮਨ ਦੇ ਵਿੱਚ ਏਂਟਰੀ ਜਿਹੜੀ ਹੈ ਨਹੀਂ ਮਿਲਦੀ ਹੈਗੀ ਇਸ ਤੋਂ ਬਾਅਦ ਆਪਣੇ ਇੱਕ ਵੀਰ ਨੇ ਕਮੈਂਟ ਕੀਤਾ ਸੀਗਾ ਤੇ ਆਪਣੇ ਵੀਰ ਕਹਿ ਰਹੇ ਸੀ ਪਾਜੀ ਤਕਰੀਬਨ ਇੱਕ ਸਾਲ ਹੋ ਗਿਆ ਹੈ ਤੁਸੀਂ ਤੁਹਾਡੀ ਕੋਈ ਪੇਪਰ ਤੇ ਆਪਣਾ ਜਿਹੜੀ ਹੈ ਨਹੀਂ ਆ ਰਹੀ ਹੈਗੀ ਸੋ ਮੈਂ ਤੁਹਾਨੂੰ ਦੱਸ ਦਮੇ ਜੀ ਪੇਪਰਾਂ ਬਾਰੇ ਅਪਡੇਟ ਜਿਹੜੀ ਸਾਡੇ ਕੋਲ ਆਪਣੀ ਕੋਲ ਵੀ ਹੈਣੀਗੀ ਪਿਛਲੇ ਸਾਲ ਸਾਡੇ ਕੋਲ ਕਾਫੀ ਅਪਡੇਟਸ ਆਉਂਦੀਆਂ ਰਹੀਆਂ ਆ ਤੇ ਕਾਫੀ ਅਸੀਂ ਵੀਡੀਓਜ਼ ਵੀ ਪਾਈਆਂ ਸੀ ਪੇਪਰਾਂ ਦੀਆਂਗੇ ਪਰ ਜਦੋਂ ਹੁਣ ਅਪਡੇਟ ਜਿਹੜੀ ਹੈ ਨਹੀਂ ਹੈਗੀ ਤੇ ਇਸ ਕਰਕੇ ਤੁਹਾਨੂੰ ਅਸੀਂ ਨਹੀਂ ਦੱਸ ਸਕਦੇ ਕਿ ਕੋਈ ਅਪਡੇਟ ਕੁਝ ਦਿਨ ਪਹਿਲਾਂ ਇੱਕ ਬੰਦੇ ਦੇ ਆਪਣੇ ਵੀਰ ਦੇ ਪੇਪਰ ਨਿਕਲੇ ਸੀਗੇ ਉਹ ਅੱਜ ਦੱਸਤਾ ਸੀਗਾ ਤੇ ਜੇ ਇੱਕ ਰਿਕੁਐਸਟ ਹੈ ਸਾਰਿਆਂ ਨੂੰ ਜੇ ਕਿਸੇ ਵੀਰ ਦੇ ਪੇਪਰ ਨਿਕਲਦੇ ਆਪਣੇ ਤਾਂ ਸਾਨੂੰ ਕਮੈਂਟ ਇੱਕ ਜਰੂਰ ਕਰਦਿਆ ਕਰੋ ਛੋਟੇ ਜਿਹੇ ਕਮੈਂਟ ਕਰਦਿਆ ਕਰੋ ਵੀ ਵੀਰ ਨੂੰ ਮੇਰੇ ਪੇਪਰ ਨਿਕਲ ਗਏ ਆ ਉਹਦੇ ਨਾਲ ਅਸੀਂ ਬਾਕੀ ਵੀ ਤੇ ਬਾਕੀ ਵੀਰੋ ਕਮੈਂਟ ਜਿਹੜੇ ਬਹੁਤ ਹੁੰਦੇ ਆ ਤਾਂ ਅਸੀਂ ਸੋਚਾਂਗੇ ਕਿ ਹਫਤੇ ਦੇ ਵੀਕਐਂਡ ਦੇ ਵਿੱਚ ਇੱਕ ਜਿਹੜੀ ਵੀਡੀਓ ਆ ਉਹ 5-6 ਮਿੰਟ ਦੀ ਵੀਡੀਓ ਜਿਹੜੀ ਹੋਇਆ ਕਰੂਗੀ ਉਹ ਅਸੀਂ ਕਮੈਂਟਸ ਦੇ ਜਿਹੜੇ ਤੁਹਾਡੇ ਕਮੈਂਟ ਜਿਹੜੇ ਆਉਂਦੇ ਆ ਉਹ ਰੀਡ ਕਰਿਆ ਕਰਾਂਗੇ ਉਹਦੇ ਵਿੱਚ ਤੁਹਾਡੇ ਪ੍ਰੋਪਰ ਨਾਮ ਦੇ ਨਾਲ ਤੇ ਤੁਹਾਡੇ ਨਾਮ ਲੈ ਕੇ ਵਿੱਚ ਕਮੈਂਟ ਤੁਸੀਂ ਜਿਹੜੇ ਸਾਨੂੰ ਕਰਦੇ ਆਂ ਤੇ ਉਹ ਕਮੈਂਟ ਤੁਹਾਨੂੰ ਅਸੀਂ ਆਂਸਰ ਦਿਆ ਕਰਾਂਗੇ ਜੇ ਤੁਹਾਨੂੰ ਇਹ ਆਈਡੀਆ ਸਹੀ ਲੱਗਦਾ ਆ ਤੁਸੀਂ ਮੈਨੂੰ ਨੀਚੇ ਕਮੈਂਟ ਕਰਕੇ ਦੱਸਿਓ ਤੁਸੀਂ ਯੈਸ ਲਿਖ ਦਿਓ ਜੇ ਨਹੀਂ ਚੰਗਾ ਲੱਗਦਾ ਤੇ 9 ਲਿਖ ਦਿਓ ਤੁਸੀਂ ਮੈਨੂੰ ਕਮੈਂਟ ਆਪਨੇ ਜਰੂਰ ਕਰਕੇ ਦੱਸਿਓ ਕਿਉਂਕਿ ਖਬਰਾਂ ਦੇ ਵਿੱਚ ਮੈਨੂੰ ਰਿਪਲਾਈ ਕਰਨੇ ਲੋ ਜਿਉ ਔਖੇ ਲੱਗਦੇ ਕਿਉਂਕਿ ਫਿਰ ਖਬਰਾਂ ਜਣੀਆਂ ਪਿੱਛੇ ਰਹਿ ਜੰਦੀਆਂ ਸੋ ਇਸ ਕਰਕੇ ਜੇ ਤੁਹਾਨੂੰ ਹੈਗਾ ਕੋਈ ਤੁਹਾਨੂੰ ਸਹੀ ਲੱਗਦਾ ਏ ਕੰਮ ਤੇ ਅਸੀਂ ਇੱਕ ਵੀਡੀਓ ਬਾਧੂ ਪਾ ਲਾਂਗੇ ਤੇ ਜਿਹਦੇ ਵਿੱਚ ਤੁਹਾਡੇ ਆਪਰ ਰਿਪਲਾਈ ਕਰਾਂਗੇ ਕਮੈਂਟ ਤੇ ਸੋ ਬਾਕੀ ਜ਼ਿਆਦਾ ਲੰਬੀ ਗੱਲ ਨਹੀਂ ਕਰਨੀ ਆਪਾਂ ਚੱਲਦੇ ਅਗਲੀ ਖਬਰਾਂ ਵੱਲ ਬ੍ਰਾਜ਼ੀਲ ਦੇ ਵਿੱਚ ਜੀ ਅੱਜ 700 1700 ਬੰਦਿਆਂ ਦੀ ਜਿਹੜੀ ਇਹ ਜਾਣ ਗਈ ਹੈ ਲਾਸਟਲੀ 24 ਆਵਰ ਦੇ ਵਿੱਚ ਤੇ ਕਾਫੀ ਵੱਧ ਜਿਹੜਾ ਕੇਸ ਜ ਜੇ ਕੇਸ ਦੀ ਗਿਣਤੀਆਂ ਦੀ ਗੱਲ ਕਰੀ ਤੇ ਬ੍ਰਾਜ਼ੀਲ ਦੇ ਵਿੱਚ ਇੱਕ ਦਿਨ ਦੇ ਵਿੱਚ 75102 ਜਿਹੜਾ ਕੇਸ ਆ ਨਵਾਂ ਆਇਆ ਆ ਜਿਹੜਾ ਕਿ ਹੁਣ ਤੱਕ ਤਾਂ ਨਵਾਂ ਜਿਹੜਾ ਰਿਕਾਰਡ ਬਣਿਆ ਉੱਥੇ ਇਸ ਤੋਂ ਬਾਅਦ ਗੱਲ ਕਰੀਏ ਜੇ ਅਗਲੀ ਅਪਡੇਟ ਦੀ ਕਲਾਬਰੀਆ ਜਿਹੜੀ ਸਟੇਟ ਆ ਕਲਾਬਰੀਆ ਦੇ ਵਿੱਚ ਸਕੂਲ ਜਿਹੜੇ ਬੰਦ ਕਰ ਦਿੱਤੇ ਗਏ ਆ ਸੋਮਵਾਰ ਤੋਂ ਦੋ ਹਫ਼ਤਿਆਂ ਵਾਸਤੇ ਸਕੂਲ ਜਿਹੜੇ ਆ ਬੰਦ ਆ ਤੁਹਾਨੂੰ ਦੱਸ ਦਈਏ ਦਿੱਤਾ ਤੇ ਕਾ ਇਨ ਡਿਸਟੈਂਸ ਜਿਹੜਾ ਕਰਾਇਆ ਜਾਊਗਾ ਤੇ ਬਾਕੀ ਜਿੰਨੇ ਵੀ ਸਕੂਲ ਹੈਗੇ ਆ ਸਾਰੇ ਜਿਹੜੇ ਆ ਬੰਦ ਕਰ ਦਿੱਤੇ ਗਏ ਆ ਚਾਹੇ ਯੂਨੀਵਰਸਿਟੀ ਹੋਣ ਜਾਂ ਛੋਟੇ ਗ੍ਰੈਜੂਏਟ ਸਕੂਲ ਹੋਣ ਇਸ ਤੋਂ ਬਾਅਦ ਗੱਲ ਕਰੀਏ ਜੀ ਇੱਕ ਜਿਹੜੀ ਜ਼ੂ ਆ ਸਾਂਡੀਏਗੋ ਦੀ ਜਿਹਦੇ ਵਿੱਚ ਨੌ ਜਿਹੜੇ ਆ ਬੰਦਰ ਜਿਹੜੇ ਆ ਉਹਨਾਂ ਦੇ ਜਿਹੜੇ ਵੈਕਸੀਨ ਲਗਾਏ ਗਏ ਆ ਐਂਟੀ ਕੋਵਿਡ ਵੈਕਸੀਨ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਵਿੱਚ ਗੁਰਿਲੇ ਦੀ ਜਿਹੜੀ ਇੱਕ ਪ੍ਰਜਾਤੀ ਹੈ ਜਿਹੜੇ ਕੀ ਪੋਜ਼ਿਟਿਵ ਪਾਈ ਗਈ ਸੀਗੇ ਜਨਵਰੀ ਦੇ ਵਿੱਚ ਤੇ ਉਹਨਾਂ ਦੇ ਤਕਰੀਬਨ ਉਸ ਤੋਂ ਇਲਾਵਾ ਫਿਰ ਹੋਰ ਵੀ ਪੋਜ਼ਿਟਿਵ ਵਿੜੇ ਬੰਦਰ ਹੋਗੇ ਸੀਗੇ ਅੱਗੇ ਨੂੰ ਤੋਂ ਤੇ ਹੁਣ ਉਹਨਾਂ ਦੇ ਵੈਕਸੀਨ ਜਿਹੜੇ ਲਗਾਏ ਗਏ ਆ ਤੇ ਦੇਖਣਾ ਚਾਹੁੰਦੇ ਸਾਇੰਟਿਸਟ ਵੀ ਇਹਨਾਂ ਤੇ ਵੈਕਸੀਨ ਕੰਮ ਕਰਦਾ ਆ ਜਾਂ ਨਹੀਂ ਕਰਦਾ ਤੇ ਜੇ ਇਹਨਾਂ ਤੇ ਕੰਮ ਕਰੂਗਾ ਤੇ ਜਿਹੜੇ ਵੈਕਸੀਨ ਆ ਇਹ ਜਿਹੜੇ ਵਿਜ਼ੂਨੀ ਜਿਹੜੇ ਜਾਨਵਰ ਆ ਉਹਨਾਂ ਦੀ ਵੀ ਲਗਾਈ ਜਾਣਗੇ ਕੁੱਤਿਆਂ ਦੀ ਵੀ ਲਗਾਈ ਜਾਣਗੇ ਬਿੱਲੀਆਂ ਦੀ ਵੀ ਲਗਾਈ ਜਾਣਗੇ ਇਸ ਤੋਂ ਬਾਅਦ ਗੱਲ ਕਰੀ ਜੀ ਬਰੂਸਾ ਫੈਰੋ ਦੀ ਬਰੂਸਾ ਫੈਰੋ ਨੇ ਕੀ ਕਿਹਾ ਬਰੂਸਾ ਫੈਰੋ ਨੇ ਕਿਹਾ ਜੀ ਕਾਜ਼ੀਨ ਕ੍ਰੀਸ਼ੀ ਤਕਵਾਸੀ ਬੂਮ ਕੋ ਮਤਲਬ ਇਹ ਜਿਹੜੇ ਕੇਸ ਆ ਜੀ ਹਰ ਪਾਸੇ ਜਿਹੜੇ ਆ ਵੱਧ ਰਹੇ ਆ ਜੇ ਤੁਸੀਂ ਵੀ ਸਟੇਟ ਦੇ ਵਿੱਚ ਤੁਸੀਂ ਚੱਲ ਜੋ ਕਿਸੇ ਵੀ ਇਲਾਕੇ ਦੇ ਵਿੱਚ ਚੱਲ ਜੋ ਜੋ ਜਿਹੜੇ ਹਾਲ ਪਹਿਲਾਂ ਸੀਗਾ ਕੁਝ ਆਫ ਦੇ ਪਹਿਲਾਂ ਉਹ ਜਿਹੜਾ ਹੁਣ ਨਹੀਂ ਰਿਹਾ ਤੇ ਇਹ ਜਿਹੜੀ ਚੀਜ਼ ਸੀਗੀ ਇਹ ਸਾਇੰਸਾਂ ਨੇ ਪਹਿਲਾਂ ਦੱਸੀ ਸੀਗੀ ਵੀ ਉਹਨਾਂ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਜਿਹੜੀ ਕੇਸ ਇਡਲੀ ਵਿੱਚ ਵੱਜ ਜਾਣੇ ਆ ਤੇ ਜਿਹੜੇ ਆਪਣੇ ਵੀਰ ਮੈਂ ਉਹਦਾ ਕਮੈਂਟ ਕਿਸੇ ਦਾ ਪੜਿਆ ਸੀਗਾ ਜਿਹੜੇ ਮੈਤੇ ਹੱਸ ਰਹੇ ਸੀਗੇ ਕਹਿ ਰਹੇ ਸੀਗੇ ਵੀ ਤੈਨੂੰ ਕਿੱਦਾਂ ਪਤਾ ਹੋਵੇ ਤੂੰ ਕਹਿ ਦਿੱਤਾ ਵੀ ਮੋਰ ਕਿਹੜੇ ਕੇਸ ਵੱਜ ਜਾਣੇ ਆ ਉਹ ਮੈਂ ਆਪਣੇ ਕੋਲੋਂ ਕੇਸ ਨਹੀਂ ਵਧਾਈ ਸੀਗੇ ਉਹ ਜਿਹੜੇ ਕੇਸ ਸੀਗੇ ਜੋ ਸਾਇੰਸ ਨੇ ਕਿਹਾ ਸੀ ਉਹ ਦੱਸਿਆ ਸੀਗਾ ਸੋ ਕਿਰਪਾ ਕਰਕੇ ਹਸਣ ਤੋਂ ਪਹਿਲਾਂ ਜਾਣਕਾਰੀ ਕਢ ਲਿਆ ਕਰੋ ਤੇ ਇਸ ਤੋਂ ਬਾਅਦ ਗੱਲ ਕਰੀਏ ਜੀ ਕੈਨੇਡਾ ਦੀ ਕੈਨੇਡਾ ਵਿੱਚ ਜੌਨਸਨ ਐਂਡ ਜੌਨਸਨ ਜਿਹੜਾ ਵੈਕਸੀਨ ਉਹਨੇ ਕੈਨੇਡਾ ਨੇ ਵੀ ਅਪਰੂਵਲ ਦਿੱਤੀ ਆ ਵੀ ਇਹ ਵੈਕਸੀਨਸ ਜਿਹੜਾ ਆਪਣੇ ਲਗਾਉਣ ਆ ਆਪਣੇ ਲੋਕਾਂ ਤੇ ਇਸ ਤੋਂ ਬਾਅਦ ਗੱਲ ਕਰੀ ਅਗਲੀ ਅਪਡੇਟ ਦੀ ਮਾਰੀਓ ਦਰਾਗੀ ਜਿਹੜੇ ਕਿ ਆਪਣੇ ਇਥੇ ਦੇ ਪ੍ਰੈਜ਼ੀਡੈਂਟ ਡੈਲ ਕੌਂਸੀਲਿਓ ਆ 18 ਮਾਰਚ ਨੂੰ ਜੀ ਬੇਰਗਾਮੋ ਆ ਰਹੇ ਆ ਆਪ ਇਹ ਤੇ ਬੇਰਗਾਮੋ ਦੇ ਨੇ ਦੌਰਾ ਕਰਨਾ ਹੈ ਕਿਉਂਕਿ ਬੇਰਗਾਮੋ ਦੇ ਵਿੱਚ ਜਿਹੜਾ ਹੈ ਦੁਰਨਾਤਾ ਨੱਥਸ ਨਾਲ ਦੀ ਮੈਮੋਰੀਆ ਦੇ ਲਵੀ ਤੇ ਲਵੀ ਤੀਮੀ ਦੇ ਕਿ ਕੋਵਿਡ 19 ਵੇ ਮਨਾਇਆ ਜਾਣਾ ਹੈ ਕਿਉਂਕਿ ਇਥੋਂ ਸਭ ਤੋਂ ਬਾਅਦ ਜਿਹੜਾ ਕੇਸ ਹੈਗਾ ਪਿਛਲੇ ਸਾਲ ਬੇਰਗਾਮੋ ਦੇ ਵਿੱਚ ਸਟਾਰਟ ਹੋਇਆ ਸੀ ਕਿ ਇਥੇ ਬਹੁਤ ਬੰਦੇ ਮਰੇ ਆ ਇਥੇ ਨੈਸ਼ਨਲ ਜਿਹੜੀ ਹੈ ਮੈਮਰੀ ਡੇ ਜਿਹੜਾ ਮਨਾਇਆ ਜਾਣਾ ਹੈ 18 ਮਾਰਚ ਨੂੰ ਤੇ ਆਪ ਮਾਰੀਓ ਦਰਾਗੀ ਇਸ ਤੋਂ ਬਾਅਦ ਗੱਲ ਕਰੀਏ ਜੀ ਆਪਾਂ ਏ ਯੂ ਐਸ ਐਲ ਬਲੋਨੀਆ ਦੀ ਤਾਂ ਦੱਸ ਦਈਏ ਜੀ ਇਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਕੇਸ ਸੇ 50% ਤੋਂ ਕਿਹੜੇ ਜ਼ਿਆਦਾ ਵੱਜ ਚੁੱਕੇ ਆ ਪਹਿਲਾਂ ਨਾਲੋਂ ਅਸੀਂ ਤਕਰੀਬਨ 8500 ਜਿਹੜਾ ਬੰਦਾ ਆ ਉਹ ਜਿਹੜੇ ਆ ਦੋਵੇਂ ਚੀਜ਼ੀ ਦੇ ਵਿੱਚ ਜਿਹੜੀਆਂ ਉਹਨਾਂ ਦੇ ਸੇਵਾ ਆ ਜਿਹੜੀ ਕਰਦੇ ਆ ਇਹਨਾਂ ਕਿਹੜੇ ਲੋਕ ਘਰਾਂ ਦੇ ਵਿੱਚ ਰੱਖੇ ਆ ਜਿਹੜੇ ਬੰਦੇ ਪੋਜ਼ੀਟਿਵ ਆ ਘਰਾਂ ਦੀ ਵਿੱਚ ਉਹ ਬੰਦ ਕੀਤੇ ਹੋਏ ਆ ਬੰਦੇ ਇਸ ਤੋਂ ਲਾਭ ਉਹਨੇ ਕਿਹਾ ਵੀ ਸਾਡੇ ਤਕਰੀਬਨ ਹਸਪਤਾਲ ਦੇ ਵਿੱਚ 1000 ਜਿਹੜਾ ਬੰਦਾ ਆ ਉਹ ਜਿਹੜਾ ਐਡਮਿਟਰ ਸੀ ਹੁਣ ਕੀਤਾ ਆ ਜਿਨ੍ਹਾਂ ਨੂੰ ਜਿਹੜਾ ਸਾਹ ਲੈਣ ਚੜੀਏ ਪ੍ਰੋਬ ਤੁਨੀ ਕਿਹਾ ਵੀ ਜਿਹੜਾ ਨੰਬਰ ਉਹ ਬਹੁਤ ਜ਼ਿਆਦਾ ਆ 50% ਜਿਹੜੀ ਅਕਿੰਨਾਂ ਨੂੰ ਵੱਧ ਗਈ ਹੈ ਤੇ ਇਸ ਤੋਂ ਬਾਅਦ ਗੱਲ ਕਰੀਏ ਫਰਾਂਸ ਦੀ ਫਰਾਂਸ ਨੇ ਇਟਲੀ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਆ ਫਰਾਂਸ ਨੇ ਕਿਹਾ ਵੀ ਅਸੀਂ ਇਟਲੀ ਦੀ ਜਿਹੜੀ ਸਪੋਰਟ ਕਰਦੇ ਆ ਅਸੀਂ ਵੀ ਆਪਣਾ ਆਉਣ ਵਾਲਾ ਸਮਝਦੇ ਜਿਹੜੇ ਵੈਕਸੀਨ ਦੇੜਾ ਐਕਸਪੋਰਟ ਆ ਉਹ ਰੋਕ ਦੇਣੇ ਆ ਤੇ ਅਸੀਂ ਵੀ ਆਪਣੀ ਪਹਿਲਾਂ ਹਾਲਾਤ ਜਿਹੜੇ ਸੈੱਟ ਕਰਨੇ ਆ ਤੇ ਇਟਲੀ ਦੇ ਨਾਲ ਜਿਹੜੀ ਫਰਾਂਸ ਨੇ ਜਿਹੜੀ ਆ ਹਾਂਚ ਹਾਂ ਰਲਾਈ ਆ ਤੇ ਯੂਕੇ ਜਿਹੜਾ ਆ ਉਹ ਇਹਨਾਂ ਦੇ ਖਿਲਾਫ ਆ ਇਸ ਤੋਂ ਬਾਅਦ ਗੱਲ ਕਰੀਏ ਆਪਣੇ ਲੂਕਸਾਇਆ ਦੀ ਪ੍ਰੈਜ਼ੀਡੈਂਸ ਦੇ ਲਰ ਜਿਉਣਾ ਵਿਨੈਟੋ ਬਿੰਤੂ ਜਿਹੜਾ ਤੁਹਾਨੂੰ ਦੱਸਦੀ ਐ 8 ਮਾਰਚ ਤੋਂ ਬਿੰਤੂ ਜਿਹੜੀ ਸਟੇਟ ਐ ਜ਼ੋਨਰ ਅੰਚੂਣ ਦੇ ਵਿੱਚ ਜਿਹੜੀ ਆ ਪਾਸ ਕਰ ਦਿੱਤੀ ਜਾਣੀ ਐ ਤੇ ਜਿਹੜੇ ਸਾਈਨ ਵਗੈਰਾ ਸਾਰਾ ਕੁਝ ਜਿਹੜਾ ਉੱਤੇ ਹੋ ਚੁੱਕਾ ਐ ਤੇ ਆਫੀਸ਼ਲ ਜਿਹੜੇ ਸਾਈਨ ਹਲੇ ਉਹਨਾਂ ਦੇ ਆ ਜਾਣੇ ਆ ਤੇ ਆਫੀਸ਼ਲ ਤੌਰ ਤੇ 8 ਮਾਰਚ ਤੋਂ ਜਿਹੜੀ ਇਹ ਸਟੇਟ ਐ ਬਿੰਤੂ ਸਟੇਟ ਇਹ ਵੀ ਜਿਹੜੀ ਆ ਰਾਂਜੋਨ ਦੇ ਵਿੱਚ ਜਿਹੜੀ ਆ ਪਾਸ ਹੋ ਜਾਣੀ ਐ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਜੀ 2020 ਦੇ ਵਿੱਚ ਇਨਸਟਾਟ ਦੀ ਰਿਪੋਰਟ ਦੇ ਹਿਸਾਬ ਦੇ ਨਾਲ ਜਿਹੜੇ ਬੰਦੇ ਮਰੇ ਐ ਉਹਨਾਂ ਦੀ ਜਿਹੜੀ ਜਿਹੜੀ ਮਰਨ ਵਾਲੀ ਜਿਹੜੀ ਗਿਣਤੀ ਐ ਉਹ ਜਿਹੜੀ ਜਦੋਂ ਵਰਲਡ ਹਉ ਤੁਸੀ ਦਨ ਮਾ ਪੂਰਾ ਨੰਬਰ ਦੱਸ ਦਿਆਂ ਵੀ ਪਿਛਲੇ ਸਾਲ ਇਟਲੀ ਵਿੱਚ ਟੋਟਲ ਕਿੰਨਾ ਬੰਦਾ ਮਰਿਆ ਕਿਉਂਕਿ ਕਾਫੀ ਵੀਰਾਂ ਨੂੰ ਇਹ ਪ੍ਰੋਬਲਮ ਇਹ ਲੱਗਦਾ ਸੀਗਾ ਵੀ ਜਿਹੜੇ ਕੋਵਿਡ ਵਾਲੇ ਬੰਦੇ ਐ ਇਹ ਜਿਹੜੇ ਨੋਰਮਲ ਬੰਦੇ ਆ ਉਹਨਾਂ ਨੂੰ ਐਡ ਕਰੀ ਜਾ ਰਹੇ ਵਿੱਚ ਪਰ ਜੇ ਤੁਸੀਂ ਪੂਰਾ ਨੰਬਰ ਦੇਖੋਗੇ ਤੇ ਇਹ ਜਿਹੜਾ ਨੰਬਰ ਆ ਇਹ ਜਿਹੜਾ ਕਾਫੀ ਜ਼ਿਆਦਾ ਆ ਜਿੰਨੇ ਆਪਾਂ ਨੂੰ ਸ਼ੋ ਕੋਵਿਡ ਦੇ ਉਹਨਾਂ ਨੇ ਕੀਤੇ ਆ ਟੋਟਲ ਗੋਲਮਾ ਲਾ ਕੇ ਬੰਦੇ ਜਿਹੜੇ ਪਿਛਲੇ ਸਾਲ ਮਰੇ ਇਟਲੀ ਦੇ ਵਿੱਚ ਜਿਹਨਾਂ ਦਾ ਜਿਹੜੀ ਗਿਣਤੀ ਹੈਗੀ 746146 ਜਿਹੜਾ ਬੰਦਾ ਆ 2020 ਦੇ ਵਿੱਚ ਜਿਹੜਾ ਆ ਮਰਿਆ ਆ ਮਾਰਚ ਤੋਂ ਲੈ ਕੇ ਦਸੰਬਰ ਤੱਕ ਇਹਨੇ ਵਿੱਚ ਕੋਵਿਡ ਵਾਲੀ ਬੰਦੀ ਜਿਹੜੀ ਆ ਵੱਖਰੀ ਐ ਕਿਉਂਕਿ ਕੋਵਿਡ ਜਿਹੜਾ ਬੰਦਾ ਹਲੇ ਹੁਣ ਤੱਕ ਤਕਰੀਬਨ 99000 ਬੰਦਾ ਇਟਲੀ ਵਿੱਚ ਆਪਣੀ ਜਾਨ ਗਵਾਈ ਐ ਤੇ ਬਾਕੀ ਜਿਹੜੇ 6 ਲੱਖ ਬੰਦਾ ਆ ਉਹ ਜਿਹੜੇ ਆ ਹੋਰ ਬਿਮਾਰੀਆਂ ਦੇ ਨਾਲ ਜਿਹੜੀ ਇਟਲੀ ਵਿੱਚ ਹਰ ਰੋ ਜਿਹੜੇ ਮਰਦੇ ਆ ਉਹਨਾਂ ਦੀ ਗਿਣਤੀ ਜਿਹੜੀ ਬਖਰੀ ਆ ਤੇ ਵਰਲਡ ਵਾਰ ਤੋਂ ਬਾਅਦ ਪਹਿਲੀ ਵਾਰ ਇਨਾ ਬੰਦਾ ਇਟਲੀ ਵਿੱਚ ਮਰਿਆ ਆ ਅੱਗੇ ਕਦੀ ਵੀ ਇਨਾ ਬੜਾ ਬੰਦਾ ਨਹੀਂ ਮਰਿਆ ਤੇ ਪ੍ਰੋਬਲਮ ਵੀ ਇਹ ਰੋਏ ਆ ਇਟਲੀ ਵਿੱਚ ਜਿਹੜੇ ਲੋਕ ਜਿਹੜੇ ਬੱਚੇ ਆ ਉਹ ਜਿਹੜੇ ਪੈਦਾ ਘੱਟ ਕਰ ਰਹੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਤੇ ਜਿਹੜੀ ਪੋਪੂਲੇਸ਼ਨ ਇਟਲੀ ਦੀ ਜਿਹ ਉਹ ਵੀ ਤੇ ਕੋਈ ਬਹੁਤ ਵਧੀਆ ਨਹੀਂ ਹੈਗਾ ਕਿਉਂਕਿ ਜਿਹੜੇ ਇੱਥੇ ਦੇ ਜਿਹੜੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਆ ਉਹ ਜਿਹੜੇ ਦੇਸ਼ ਛੱਡ ਕੇ ਆਸਟ੍ਰੇਲੀਆ ਨੂੰ ਜਾਂ ਹੋਰ ਪਾਸੇ ਜਿਹੜੇ ਆ ਨਿਕਲ ਦੀ ਕੋਸ਼ਿਸ਼ ਕਰਦੇ ਪਏ ਆ ਜਿੱਦਾਂ ਕਿ ਆਪਣੇ ਜਿਹੜੇ ਇੰਡੀਆ ਤੋਂ ਲੋਕ ਨਿਕਲ ਕੇ ਇੱਧਰ ਆਉਂਦੇ ਆ ਤੁਹਾਨੂੰ ਦੱਸ ਦਿਆਂ ਜੀ ਇਟਲੀ ਵਿੱਚ ਸਭ ਤੋਂ ਵੱਧ ਜਿਹੜੀ ਸਰਕਾਰ ਟੈਕਸ ਲਾਉਂਦੀ ਆ ਕਿਸੇ ਵੀ ਯੂਰਪੀਨ ਕੰਟਰੀ ਵਿੱਚ ਇੰਨੇ ਜਿਹੜਾ ਟੈਕਸ ਹੈ ਨਹੀਂਗਾ ਇਟਲੀ ਜਿਹੜੀ ਆ ਸਭ ਤੋਂ ਮਹਿੰਗੀ ਕੰਟਰੀ ਜਿਹੜੀ ਆ ਮੰਨੀ ਜਾ ਰਹੀ ਹੈ ਯੂਰਪ ਦੇ ਵਿੱਚ ਬੋਨਸ ਜਿਹੜੇ ਕੱਟਿਆ ਇੱਥੇ ਟੈਕਸ ਜਿਹੜੇ ਜ਼ਿਆਦਾ ਲੋਕਾਂ ਨੂੰ ਪ ਜੇ ਤੁਹਾਨੂੰ ਇਸ ਵਿਸ਼ੇ ਤੇ ਵੱਖਰੀਆਂ ਵੀਡੀਓ ਚਾਹੀਦੀਆਂ ਸਾਨੂੰ ਕਮੈਂਟ ਕਰਕੇ ਦੱਸਿਓ ਆਪਾਂ ਤੁਹਾਨੂੰ ਪੂਰੀ ਹਿਸਟਰੀ ੜੇ ਕੱਢ ਕੇ ਦਵਾਂਗੇ ਆਉਣ ਵਾਲਾ ਫਿਊਚਰ ਇਟਲੀ ਦਾ ਤੇ ਜੋ ਸੈਲਰੀ ਦਾ ਇਥੇ ਕਰ ਰੂਵਰ ਹੈਗਾ ਆ ਉਹਦੇ ਬਾਰੇ ਵੀ ਇਸ ਤੋਂ ਬਾਅਦ ਇੱਕ ਈੜੀ ਆ ਖੁਸ਼ਖਬਰੀ ਵੀ ਆਈ ਅੱਜ ਲੋਕਾ ਤੇਲੀ ਵੱਲੋਂ ਇੱਕ ਈੜ ਦੱਸਿਆ ਗਿਆ ਵੀ ਉਹਨੇ ਕਿਹਾ ਵੀ ਇਹ ਵੈਰੀਐਂਟ ਇੰਗਲਿਸ਼ ਆ ਉਹ ਜ਼ਿਆਦਾ ਖਤਰਨਾਕ ਵੈਰੀਐਂਟ ਨਹੀਂ ਹੈਗਾ ਇਹ ਗੱਲ ਉਹਨੇ ਕਹੀ ਆ ਵੀ ਪੱਕੀ ਹੈ ਵੀ ਜਿਹੜਾ ਵੈਰੀਐਂਟ ਇੰਗਲਿਸ਼ ਆ ਇਹ ਜਿਹੜਾ ਹੈ ਸਪੀਡ ਇਹਦੀ ਜ਼ਿਆਦਾ ਆ ਫੈਲਣ ਦੀ ਯਾਨੀ ਕਿ ਬੰਦਾ ਜਲਦੀ ਪੋਜ਼ਿਟਿਵ ਦੇ ਨਾਲ ਹੋ ਜਾਂਦਾ ਤੇ ਫੈਲਦਾ ਸਪੀਡ ਦੇ ਬਦ ਨਿਆਰ ਲੱਭਾ ਜਿੱਦਾਂ ਪਹਿਲਾਂ ਸੀਗਾ ਉਦੋਂ ਹੀ ਹੁਣ ਵੀ ਹੋ ਜਾਣਾ ਹੈ ਸੋ ਇਸ ਕਰਕੇ ਡਰਨ ਦੀ ਲੋੜ ਨਹੀਂ ਹੈਗੀ ਪਰ ਬਾਹਰ ਨਹੀਂ ਨਿਕਲਣਾ ਕਿਉਂਕਿ ਵੈਕਸੀਨ ਜਿਹੜਾ ਆ ਹਲੇ ਸਾਡੇ ਕੋਲ ਇੰਨੀ ਜਿਆਦਾ ਹੈ ਨਹੀਂ ਗਈਆਂ ਇਸ ਤੋਂ ਬਾਅਦ ਗੱਲ ਕਰੀ ਜਗਲੀ ਅਪਡੇਟ ਦੀ ਕੁਝ ਕੁ ਦਿਨ ਪਹਿਲਾਂ ਇੱਕ ਜਿਹੜਾ ਪ੍ਰਤੀਤਾ ਹੋਇਆ ਸੀਗਾ ਮੈਚ ਹੋਇਆ ਸੀਗਾ ਜਿਹੜੀ ਇਸੇ ਦੀਆਂ ਸਪੋਰਟਸ ਜਿਹੜੀ ਹੈ ਇੱਕ ਮਿਲਾਨ ਜਿਹੜੀ ਹੈ ਤੇ ਇੰਟਰ ਜਿਹੜੀ ਹੈ ਦੋ ਕਾਫੀ ਵੱਡੇ ਸਕਵਾਡ ਰਏ ਇੱਥੇ ਦੇ ਫੁੱਟਬਾਲ ਦੇ ਉਹਨਾਂ ਤੋਂ ਤਾਂ ਦੱਸ ਦੀ ਜੀ ਉਹਨਾਂ ਦੀ ਜਦੋਂ ਅੰਦਰ ਸਟੇਡੀਅਮ ਦੇ ਵਿੱਚ ਤੇ ਸੰਸਿ ਨੂੰ ਵਿੱਚ ਨਹੀਂ ਜਾਣ ਦਿੱਤਾ ਉਹਨਾਂ ਨੇ ਵੈਸੇ ਬੇਸਿਕਲੀ ਬਾਹਰ ਕਾਫੀ ਬੰਦਾ ਇਕੱਠਾ ਹੋ ਗਿਆ ਸੀਗਾ ਤੇ ਉਹਨਾਂ ਨੇ ਪੁਲਿਸ ਦੀ ਗੱਲ ਵੀ ਨਹੀਂ ਮੰਨੀ ਤਾਂ ਆਪਸ ਦੇ ਵਿੱਚ ਲੜਾਈ ਝਗੜਾ ਵੀ ਹੋਇਆ ਸੀਗਾ ਕਿਉਂਕਿ ਇੰਟਰ ਸਟਾ ਜਿਹੜੀ ਜਿੱਤ ਗਈ ਸੀਗੀ ਇੱਥੇ ਤੇ ਮਿਲਾਨ ਵਾਲੇ ਨੂੰ ਕਾਫੀ ਦੁੱਖ ਲੱਗਾ ਸੀਗਾ ਤੇ ਹੁਣ ਜਿਹੜੇ ਪੁਲਿਸ ਆਏ ਜਿਨ੍ਹਾਂ ਨੇ ਮੁਰਕ ਕੇ ਲੋਕਾਂ ਨੇ ਉੱਥੇ ਜਿਹੜੇ ਰੋਖਾਪ ਖਾਨਾ ਪਾਇਆ ਸੀ ਬਾਹਰ ਉਹਨਾਂ ਜਿਹੜੀ ਸੰਸਿ ਉਹਨਾਂ ਦੀ ਸਟਾਰਟ ਹੋ ਗਈ ਹੈ ਯਾਨੀ ਕਿ ਹੁਣ ਜਿਹੜੇ ਮੂਹਤੇ ਆ ਉਹਨਾਂ ਜਿਹੜੇ ਸਟਾਰਟ ਹੋ ਗਏ ਆ ਪੁਲਿਸ ਇਸ ਤੋਂ ਬਾਅਦ ਗੱਲ ਕਰੀ ਅਗਲੀ ਅਪਡੇਟ ਦੀ ਜੀ ਇੱਕ ਜਿਹੜੀ ਲੜਕੀ ਸੀਗੀ ਜਿਹੜੀ ਕਿ ਅੱਜ ਰੋਮਾ ਦੀ ਘਟਨਾ ਹੈ ਤਾਂ ਦੱਸ ਦਈਏ ਜੀ ਇੱਕ ਜਿਹੜੀ ਲੜਕੀ ਸੀਗੀ ਤਕਰੀਬਨ 22 ਸਾਲ ਦੀ ਜਿਹੜੀ ਉਹਦੀ ਉਮਰ ਸੀਗੀ 22 ਸਾਲ ਦੀ ਉਮਰ ਸੀਗੀ ਤੇ ਰੋਮਾ ਦੇ ਵਿੱਚ ਇੱਕ ਇਲਾਕੇ ਦੇ ਵਿੱਚ ਜਿਹੜੀ ਆ ਅੱਜ ਸਵੇਰ ਜਿਹੜੇ ਆ ਜੋਗਿੰਗ ਕਰਨ ਵਾਸਤੇ ਗਈ ਤੇ ਜੋਗਿੰਗ ਕਰਨ ਵਾਸਤੇ ਦੌੜ ਲਗਾ ਰਹੀ ਸੀਗੀ ਆਪਣੀ ਉਸੇ ਵਕਤ ਇੱਕ ਜਿਹੜਾ ਬੰਦਾ ਪਿੱਛੋਂ ਜਿਹੜਾ ਆ ਜਿਹਨੇ ਕਿ ਉਹਦੀ ਅੱਗੇ ਆ ਕੇ ਰਸਤਾ ਤੋਂ ਰੁਕ ਗਿਆ ਆਸਤੋ ਰੁੱਕਣ ਦੇ ਨਾਲ ਹੀ ਉਹ ਜਿਹੜਾ ਸੀਗਾ ਆਪਣੇ ਉਹਦੇ ਉਹਦਾ ਹੱਥ ਉਹਦੇ ਮੂੰਹ ਤੇ ਬਲੌਕ ਕਰਕੇ ਹੱਥ ਲਾ ਕੇ ਤੂੰ ਇੱਕ ਸਾਈਡ ਤੇ ਲੈ ਗਿਆ ਤੇ ਸਾਈਡ ਤੇ ਲਿਜਾ ਕੇ ਉਹਨੂੰ ਪਹਿਲਾਂ ਲੁੱਟ ਖੋਹ ਦੇ ਨਾਲ ਕੀਤੀ ਤੇ ਮੁੜ ਕੇ ਉਹਦੇ ਨਾਲ ਕੁੜੀ ਦੇ ਨਾਲ ਵਾਇਲੈਂਸ ਵੀ ਕੀਤੀ ਉਸ ਤੋਂ ਬਾਅਦ ਫਿਰ ਉਹ ਉਰਥੋਂ ਭੱਜ ਗਿਆ ਪਰ ਆਪਣੇ ਤਰ੍ਹਾਂ ਜਿਹੜੇ ਛੱਡ ਗਿਆ ਤੇ ਉਸ ਤੋਂ ਬਾਅਦ ਜਿਹੜੀ ਕੁੜੀ ਸੀ ਕਿਉਂਨੇ ਪੁਲਿਸ ਨੂੰ ਫੋਨ ਕੀਤਾ ਨੂੰ ਦੱਸਿਆ ਵੀ ਮੇਰੇ ਨਾਲ ਜਿਹੜੀ ਆ ਘਟਨਾ ਵਾਪਰ ਗਈ ਹੈ ਇੱਥੇ ਤੇ ਬਾਕੀ ਉਹ ਹਸਪੀਟਲ ਨੂੰ ਮੁੜ ਕੇ ਲੈ ਕੇ ਜਾਣਾ ਪਿਆ ਕੁੜੀ ਨੂੰ ਕਟਾਂ ਜਿਹੜੀ ਹੈ ਜੀ ਰੂਮਲ ਵਿੱਚ ਬਾਪਰੀ ਹੈ ਵਿਲਾ ਜੁਰਦਿਆਂ ਨੇ ਵਿੱਚ ਇਸ ਤੋਂ ਬਾਅਦ ਉਹਨੂੰ ਦੱਸ ਦਈਏ ਜੀ ਇੱਕ ਹੋਰ ਘਟਨਾ ਵਾਪਰੀ ਹੈ ਜਿਹੜੀ ਘਟਨਾ ਥੋੜੀ ਜਿਹੀ ਪੁਰਾਣੀ ਹੈ ਅੱਜ ਤੋਂ ਤਕਰੀਬਨ 3 ਸਾਲ ਪਹਿਲਾਂ ਇੱਕ 11 ਸਾਲ ਦੀ ਇੱਕ ਲੜਕੀ ਸੀਗੀ ਤੇ ਇੱਕ ਬੰਦਾ ਸੀਗਾ 48 ਸਾਲ ਦਾ ਤੇ ਉਹ ਬੰਦਾ ਜਿਹੜਾ ਸੀਗਾ ਜੀ ਜਦੋਂ ਉਸ ਕੁੜੀ ਦੇ ਮਾਪਿਓ ਘਰੇ ਹੈ ਨਹੀਂ ਸੀਗੇ ਤੇ ਬਾਲਕਨੀ ਟੱਪ ਕੇ ਉਹਦੇ ਘਰੇ ਆ ਕੇ ਕੁੜੀ ਦੇ ਨਾਲ ਵੋਲੈਂਸ ਨਹੀਂ ਕੀਤੀ ਐ ਤੇ ਮੁੜ ਕੇ ਉੱਥੋਂ ਭੱਜ ਗਿਆ ਤੇ ਤਕਰੀਬਨ 3 ਸਾਲ ਜਿਹੜਾ ਉਹਦੇ ਤੇ ਕੇਸ ਚੱਲੇ ਆ ਪ੍ਰੋਸੈਸ ਚੱਲੇ ਆ ਤੇ ਅੱਜ ਜਿਹੜੀ ਆ ਉਸ ਨੂੰ ਸਜ਼ਾ ਦੇਣੀ ਸੁਨਾਤੀ ਗਈ ਐ ਅੱਜ ਉਹਨੂੰ ਜੇਲ ਜਿਹੜੀ ਆ ਹੋਊਗੀ ਤੇ तकरीबन 4 ਸਾਲ ਦੀ ਜਿਹੜੀ ਜੇਲ ਹੈ ਜੀ ਉਸ ਬੰਦੇ ਨੇ ਜਿਹੜੀ ਹੋਈ ਆ ਤੇ ਬਾਕੀ ਇਹ ਸਗੀਆਂ ਆਪਣੀਆਂ ਇਦਾਂ ਖਬਰਾਂ ਜੇ ਤੁਹਾਨੂੰ ਖਬਰਾਂ ਵੀਰੂ ਚੰਗੀਆਂ ਲੱਗਦੀਆਂ ਤੇ ਨਾਲ ਸਪੋਰਟ ਸੜ ਜ਼ਰੂਰ ਕਰਦੇ ਕਰੋ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਆ ਕਰੋ ਜੇ ਹੋ ਸਕੇ ਤੇ ਆਪਣੀ ਜਿਹੜੀ ਵੀਡੀਓ ਆ ਹੋਰ ਵੀਰਾਂ ਤਾਂ ਜਿਹੜੀ ਆ ਸ਼ੇਅਰ ਕਰਦੇ ਕਰੋ ਤਾਂ ਕਿ ਬਾਕੀ ਜਿਹੜੀ ਫੈਮਿਲੀ ਇੰਟਲੀ ਵਿੱਚ ਰਹਿੰਦੀਆਂ ਉਹਨਾਂ ਨੂੰ ਪਤਾ ਲੱਗ ਜAVE ਵੀ ਆਪਣੇ ਚੈਨਲ ਤੇ ਜਿਹੜੀਆਂ ਖਬਰਾਂ ਆਉਂਦੀਆਂ ਪੰਜਾਬੀ ਦੇ ਵਿੱਚ ਤੇ ਆਪਣੇ ਤਾਂ ਆਪਣੇ ਪਰਿਵਾਰ ਦਾ ਖਿਆਲ ਰੱਖਿਓ ਜੀ ਮਿਲਦੇ ਆਪਾਂ ਕੱਲ੍ਹ ਦੀ ਖਬਰਾਂ ਵਿੱਚ ਤੁਸੀਂ ਸਭ ਨੇ ਕੀ ਮੀਂਹ ਸਮਾਂ ਕੱਢੀ ਗੁੜੀ ਤੇ ਸਾਰਿਆਂ ਦਾ ਧੰਨਵਾਦ ਮ